ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ 'ਚ ਵੀ ਕੋਰੋਨਾ ਪਹੁੰਚ ਚੁੱਕਾ ਹੈ। ਜ਼ਿਲ੍ਹੇ ਦੀਆਂ ਅੱਜ ਆਈਆਂ ਕੋਰੋਨਾ ਰਿਪੋਰਟਾਂ ਵਿੱਚ ਸਰਕਾਰੀ ਮੁਲਾਜ਼ਮਾਂ ਸਣੇ ਜ਼ਿਲ੍ਹੇ ਵਿੱਚ ਕੁੱਲ 31 ਜਣਿਆਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਸੰਬੰਧੀ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਸੀਐਮ ਕਟਾਰੀਆ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਕੇਸ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਤੇ ਜ਼ਿਲ੍ਹੇ ਵਿੱਚ ਹੁਣ ਐਕਟਿਵ ਕੇਸਾਂ ਦੀ ਕੁੱਲ ਗਿਣਤੀ 74 ਹੋ ਗਈ ਹੈ। ਫਾਜ਼ਿਲਕਾ ਜ਼ਿਲ੍ਹੇ 'ਚ ਅੱਜ 31 ਕੇਸ ਪੋਜ਼ਿਟਿਵ ਆਏ ਨੇ, ਜਿਨ੍ਹਾਂ ਵਿੱਚੋਂ ਕਿ ਇੱਕ ਕੇਸ ਫਿਰੋਜ਼ਪੁਰ ਦਾ ਸੀ, ਉਹ ਅਸੀਂ ਫਿਰੋਜ਼ਪੁਰ ਭੇਜਣ ਲੱਗੇ ਹਾਂ। ਬਾਕੀ 30 ਕੇਸ ਆਪਣੇ ਇੱਧਰ ਪੋਜ਼ਿਟਿਵ ਆਏ ਨੇ। ਸਿਟੀ ਫਾਜ਼ਿਲਕਾ 'ਚ 18 ਕੇਸ ਪੋਜ਼ਿਟਿਵ ਨੇ, 5 ਵਾਰਡ ਦੇ ਹੈ ਅਤੇ 7 ਪਿੰਡਾਂ ਦੇ ਹਨ। ਇਹਨਾਂ ਵਿੱਚੋਂ 11 ਫੀਮੇਲ ਨੇ, 19 ਮੇਲ ਹੈ ਅਤੇ ਛੋਟੇ ਬੱਚੇ ਵੀ ਪੋਜ਼ਿਟਿਵ ਆਏ ਹੈ। ਇੱਕ 9 ਸਾਲ ਦਾ, ਇੱਕ 10 ਸਾਲ ਦਾ, ਇੱਕ 7 ਸਾਲ ਦਾ। ਅਤੇ ਜ਼ਿਆਦਾਤਰ ਕੇਸ ਆਪਣੇ ਅੱਜ ਆਏ ਹੈ ਵਿਜੇ ਕਲੋਨੀ 'ਚੋਂ, 8 ਕੇਸ, 2 ਸ਼ਾਸਤਰੀ ਨਗਰ, 3 ਅਮਰ ਕਲੋਨੀ, 1 ਅਗਰਵਾਲ ਸਟਰੀਟ ਅਤੇ 4 ਚੌਧਰੀ ਵਾਲੀ ਗਲੀ। ਹਾਂਜੀ, ਸਾਡੇ ਦਫ਼ਤਰ 'ਚੋਂ ਹੀ ਇੱਕ ਕਲੈਰੀਕਲ 'ਚ ਪੋਜ਼ਿਟਿਵ ਆਇਆ, ਇੱਕ ਸਿਮਿਲਰਲੀ ਉੱਥੇ DC ਆਫਿਸ 'ਚੋਂ ਅਤੇ ਇੱਕ ਪੁਲਿਸ ਮੁਲਾਜ਼ਮ ਵੀ 4-5 ਪੋਜ਼ਿਟਿਵ ਆਏ। ਟਰੈਵਲ ਹਿਸਟਰੀ ਤਾਂ ਨਹੀਂ ਹੈ। ਜਿਹੜੇ ਸਾਡੇ ਵੱਲ ਕੇਸ ਪੋਜ਼ਿਟਿਵ ਆਇਆ, ਇਹਨਾਂ ਦੇ ਰਿਸ਼ਤੇਦਾਰ ਪਹਿਲਾਂ ਹੀ ਪੋਜ਼ਿਟਿਵ ਸੀਗੇ ਅਤੇ ਬਾਕੀਆਂ ਦੀ ਹਾਲੇ ਅਸੀਂ ਜਾਂਚ ਕਰ ਰਹੇ ਹਾਂ। ਕਿਸੇ ਟਰੈਵਲ ਹਿਸਟਰੀ ਕੀ ਕੰਟੈਕਟ ਟਰੇਸਿੰਗ ਵੀ ਕਰ ਰਹੇ ਹਾਂ। ਅਸੀਂ ਕੇਸ ਸ਼ਿਫਟ ਕਰਾਵਾਂਗੇ ਮਾਂ ਸਰਸਵਤੀ ਕਾਲਜ ਆਫ ਫਾਰਮੇਸੀ ਹੈ ਸੀਤੋ ਰੋਡ ਹੋਰ, ਕਿਉਂਕਿ ਅਸੀਂ ਅੱਜ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਜਿਹੜੇ ਅਸਿਮਟੋਮੈਟਿਕ ਨੇ ਉੱਥੇ ਸ਼ਿਫਟ ਹੋਣਗੇ, ਸਿਮਟੋਮੈਟਿਕ ਜਲਾਲਾਬਾਦ ਸ਼ਿਫਟ ਹੋਣਗੇ। ਜ਼ਿਲ੍ਹਾ ਹੈੱਡਕੁਆਟਰ, ਪੁਲਿਸ ਦੇ ਹੈੱਡਕੁਆਟਰ ਦੇ ਵਿੱਚ ਵੀ ਜਿਹੜੇ ਮੁਲਾਜ਼ਮ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਨੇ, ਕਿੰਨੇ ਮੁਲਾਜ਼ਮਾਂ ਦੀ ਜੇ ਗੱਲ ਕਰੀਏ ਤਾਂ ਕਿੰਨੇ ਹੈਗੇ ਨੇ ਜੀ ਉੱਥੇ? ਅੱਜ 4 ਮੁਲਾਜ਼ਮ ਪੋਜ਼ਿਟਿਵ ਆਏ ਨੇ। ਕੁਛ ਦਾ ਐਡਰੈਸ ਲਿਖਿਆ ਹੋਇਆ ਚੌਧਰੀਆਂ ਵਾਲੀ ਗਲੀ, ਇਹ ਹੁਣ ਪਤਾ ਨਹੀਂ ਉਹਨਾਂ ਦੀ ਡਿਊਟੀ ਉੱਥੇ ਸੀ ਜਾਂ ਉੱਥੇ ਕਮਰਾ ਲੈ ਕੇ ਰਹਿੰਦੇ ਨੇ, ਅਤੇ ਬਾਕੀ 1-2 ਪਿੰਡਾਂ ਦੇ ਹੈਗੇ। ਕੋਈ ਫੀਮੇਲ ਮੁਲਾਜ਼ਮ ਵੀ ਹੈ ਜੀ ਇਹਦੇ 'ਚ? ਇੱਕ ਫੀਮੇਲ ਕਾਂਸਟੇਬਲ ਵੀ ਪੋਜ਼ਿਟਿਵ ਆਏ। ਜਿਸ ਵੀ ਵਿਭਾਗ ਵਿੱਚ ਪੋਜ਼ਿਟਿਵ ਆਇਆ ਉਸ ਬ੍ਰਾਂਚ ਨੂੰ ਬੰਦ ਕੀਤਾ ਜਾਏਗਾ। ਉੱਥੇ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੂੰ ਕੁਆਰੰਟਾਈਨ ਕਰਾਂਗੇ ਅਤੇ ਉਹਨਾਂ ਦੀ ਸੈਂਪਲਿੰਗ ਕਰਾਵਾਂਗੇ ਅਤੇ ਉਹਨਾਂ ਦੀ ਫੈਮਲੀ ਵਿੱਚ ਨਾ ਪੋਜ਼ਿਟਿਵ ਆ ਜਾਏ ਅਤੇ ਹੋਰ ਸਪਰੈਡ ਕਰਨ ਤੋਂ ਰੋਕਾਂਗੇ। ਅਤੇ ਬਾਕੀ ਇਹ ਤਿਆਰੀ ਤਾਂ ਅਸੀਂ ਕਿਹਾ ਹੀ ਹੋਇਆ, ਮਾਸਕ ਲਗਾਓ, ਸੋਸ਼ਲ ਡਿਸਟੈਂਸਿੰਗ ਅਤੇ ਵਾਰ ਵਾਰ ਹੱਥ ਉਹਨਾਂ ਦੇ ਪੇਟ ਵਿੱਚ ਨਾ ਜਾਓ। ਡਿਸਟ੍ਰਿਕਟ ਫਾਜ਼ਿਲਕਾ ਦੀ ਜੇ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕੇਸ ਜਿਹੜੇ ਐਕਟਿਵ ਨੇ ਜੀ ਟੋਟਲ? ਆਪਾਂ ਹੁਣ ਤੱਕ ਸੈਂਪਲ ਲਏ ਸੀ 12,875, ਜਿਨ੍ਹਾਂ 'ਚੋਂ ਕਿ 184 ਕੇਸ ਪੋਜ਼ਿਟਿਵ ਆ ਚੁੱਕੇ ਹੈ ਅਤੇ 1 ਡੈਥ ਹੋਈ ਸੀਗੀ। 74 ਕੇਸ ਅੱਜ ਦੀ ਡੇਟ ਵਿੱਚ ਪੋਜ਼ਿਟਿਵ ਐਕਟਿਵ ਹੈਗੇ ਆਪਣੇ ਕੋਲ। ਦੇਸ਼ ਦੁਨੀਆ 'ਤੇ ਕੋਰੋਨਾ ਮਹਾਂਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।